ਉਹਨਾਂ ਦੇ ਵਾਸਤੇ ਲਫ਼ਜ਼ ਅਲਾਪ ਹੋਣਾ ਚਾਹੀਦਾ। ਮਤਲਬ ਗਾਣੇ ਤੇ ਜਿਸ ਤਰ੍ਹਾਂ ਸਮਝਿਆ ਜਾਂਦਾ ਕਿ ਅਲਾਪ ਹੋਣਾ ਚਾਹੀਦਾ, ਉਹ ਤੇ ਤੁਸੀਂ ਨਹੀਂ ਮੰਨਦੇ ਕਿ ਹੁੰਦਾ ਹੈ? ਨਹੀਂ ਦੇਖੋ ਜੀ, ਖਿਆਲ ਦੀ ਗਾਇਕੀ ਨੂੰ ਵਿਲੰਬਤ ਕਿਹਾ ਜਾਂਦਾ। ਇਹ ਇੱਕ ਅਸਤਾਈਆਨਾ ਕਿਸਮ ਦੀ ਇਸਤਲਾਹ ਹੈ ਕਿ ਜੀ ਉਹ ਅਲਾਪ ਕਰ ਰਹੇ ਹਾਂ। ਵੀ ਇਹਦਾ ਮਤਲਬ ਹੈ ਕਿ ਅਲਾਪ ਜਿਹੜਾ ਹੈ, ਇੱਕ ਕਮ ਸ਼ੈਲੋ ਨੌਲੇਜ ਦੇ ਲੋਕਾਂ ਨੇ, ਸਤਾਈ ਸਮਝ ਦੇ ਲੋਕਾਂ ਨੇ ਉਸਦਾ ਨਾਮ ਅਲਾਪ ਦੇ ਦਿੱਤਾ। ਜਿਸ ਤਰ੍ਹਾਂ ਕਿ ਇੱਕ ਲੇਮੈਨ ਤੰਬੂਰੇ ਨੂੰ ਸਿਤਾਰ ਕਹਿ ਦਿੰਦਾ, ਤੰਬੂਰਾ ਸਿਤਾਰ ਤਾਂ ਨਹੀਂ ਹੁੰਦਾ, ਲੇਕਿਨ ਉਹਨੂੰ ਪਤਾ ਨਹੀਂ। ਬਲਕਿ ਉਸ ਤੋਂ ਇੱਕ ਹੋਰ ਗੱਲ ਵੀ ਕਹਿਣੀ ਸ਼ੁਰੂ ਕਰ ਦਿੱਤੀ ਕਿ ਜਿਹੜਾ ਗਵੱਈਆ ਜਾਂ ਜਿਹੜੇ ਬਜਾਣ ਵਾਲੇ ਜ਼ਿਆਦਾ ਅਲਾਪ ਕਰਨ, ਬਸ ਉਹੀ ਮੰਨੇ ਜਾਂਦੇ ਹਨ, ਉਹ ਵੀ ਅਲਾਪ ਵਿਲੰਬਤ ਦੇ ਬਾਹਰ। ਉਹ ਪਤਾ ਨਹੀਂ ਕਿਹੜੇ ਲੋਕ ਮੰਨਦੇ ਨੇ। ਅਸੀਂ ਤਾਂ ਇਹੋ ਵੇਖਿਆ ਕਿ ਜ਼ਿਆਦਾ ਵਿਲੰਬਤ ਹੁੰਦਿਆਂ ਲੋਕ ਉੱਠਦੇ ਜਾਂਦੇ ਦੇਖਿਆ, ਉਵੇਂ ਕੋਈ ਹੋਵੇ। ਵਿਲੰਬਤ ਓਨੀ ਹੋਣੀ ਚਾਹੀਦੀ ਹੈ ਜਿਤਨੀ, ਔਰ ਹਰ ਰਾਗ ਦੇ ਵਿੱਚ ਕਪੈਸਿਟੀ ਵਿਲੰਬਤ ਦੀ ਨਹੀਂ। ਚੰਦ ਇੱਕ ਮਾਧੂ ਦੇ ਚੰਦ ਰਾਗ ਨੇ, ਮਹੂਨ ਸੁਗਰਾਈ, ਸੋਣੀ, ਹੰਡੋਲ, ਕਾਮੋਦ, ਹਮੀਰ, ਇਹਨਾਂ 'ਚ ਕਦੋਂ ਵਿਲੰਬਤਾਂ ਹੁੰਦੀਆਂ ਨੇ? ਜੌਨਪੁਰੀ 'ਚ ਕਦੋਂ ਵਿਲੰਬਤ ਹੁੰਦੀ ਦੇਖੀਏ? ਦਰਬਾਰੀ ਉਹਦੇ ਵਾਸਤੇ ਬਣੇ ਹੈਂਜੀ। ਵਪਾਲੀ ਥੋੜ੍ਹਾ ਜਿੰਨਾ ਵਿਲੰਬਤ ਦਾ ਕੁਛ ਵਿਲੰਬਤ ਦੀ ਗੁੰਜਾਇਸ਼ ਹੈ, ਦੇਸ਼ ਕਾਜ 'ਚ ਕਿੱਥੇ ਗੁੰਜਾਇਸ਼ ਹੈ? ਸੁਧ ਕੇ ਕਲਿਆਣ ਨੂੰ ਕਿੰਨਾ ਚਿਰ ਅਸੀਂ ਵਿਲੰਬਤ ਵਰਤਾਂਗੇ? ਹਰ ਰਾਗ ਦੀ ਇੱਕ ਸਰਟਨ ਲੈ, ਇੱਕ ਮਖਸੂਸ ਕਿਸਮ ਦੀ ਰਫ਼ਤਾਰ ਹੈ ਜਿਹਦੇ 'ਤੇ ਉਗਾਇਆ ਜਾਣਾ ਚਾਹੀਦਾ। ਇਹੋ ਹੀ ਚੀਜ਼ ਹੈ ਕਿ ਸਾਨੂੰ ਇੱਕ ਮੁਸੀਬਤ ਪੈ ਰਹੀ ਹੈ ਵਿਲੰਬਤ ਦੀ, ਕਿ ਵਿਲੰਬਤ ਜ਼ਰੂਰ ਹੋਣੀ ਚਾਹੀਦੀ ਹੈ। ਔਰ ਅਖਲਾਕੀ ਜ਼ਰੂਰਤ ਸਾਡੇ ਲੋਕਾਂ 'ਚ ਨਹੀਂ ਰਹੀ ਕਿ ਜਿਹੜਾ ਰਾਗ ਵਿਲੰਬਤ 'ਚ ਗਾਇਆ ਜਾਣਾ ਚਾਹੀਦਾ ਉਹਨੂੰ ਤਾਂ ਗਾਓ, ਅਤੇ ਜਿਹੜਾ ਨਹੀਂ ਗਾਇਆ ਜਾਣਾ ਚਾਹੀਦਾ ਉਹਨੂੰ ਨਾ ਗਾਓ। ਬਿਲਕੁਲ, ਬਲਕਿ ਇਹਨੂੰ ਜਿਤਨਾ ਦਿਲਚਸਪ ਬਣਾਇਆ ਜਾਵੇਗਾ ਉਤਨਾ ਹੀ ਇਹ ਆਵਾਮ ਦੇ 'ਚ, ਪਬਲਿਕ ਦੇ 'ਚ ਇਹ ਮਕਬੂਲ ਹੋਵੇਗਾ, ਪਾਪੂਲਰ ਹੋਵੇਗਾ। ਸਭ ਤੋਂ ਵੱਡਾ ਮਕਸਦ ਦੇਖੋ ਜੀ ਉਹਦੇ ਪਿੱਛੇ, ਗੁਲਾਮ ਅਲੀ ਖਾਨ ਸਾਹਿਬ ਨੇ ਹਮੇਸ਼ਾ ਇੱਕ ਰਾਗ ਦੁਰਤ ਵਿਲੰਬਤ, ਇੱਕ ਘੰਟਾ ਦਸ ਮਿੰਟ, ਇੱਕ ਘੰਟਾ ਪਚਪਨ ਮਿੰਟ, ਬਸ ਇੰਨਾ, ਪਚਪਨ ਮਿੰਟ, ਘੰਟਾ ਦਸ, ਇੱਕ ਘੰਟਾ ਦਸ ਮਿੰਟ ਦੇ ਰੇਂਜ 'ਚ ਉਹਨਾਂ ਨੇ ਗਾਇਆ। ਇਸ ਤੋਂ ਜ਼ਿਆਦਾ ਕਦੀ ਗੁਲਾਮ ਅਲੀ ਖਾਨ ਸਾਹਿਬ ਨੇ ਆਪਣੇ ਇੱਕ ਪਹਿਲੇ ਰਾਗ ਨੂੰ ਲੈਂਥੀ ਨਹੀਂ। ਅੱਛਾ, ਗਾਣੇ ਚੋਂ ਇੱਕ ਹੋਰ ਚੀਜ਼ ਹੈ ਕਿ ਸਰਗਮ ਇੱਕ ਪੰਜਾਬ ਦੀ ਗਾਇਕੀ ਵਿੱਚ ਤਦ ਆਈ। ਇਹ ਮੇਰੇ ਦਾਦਾ ਜੀ ਦੇ ਨੇ, ਉਸਤਾਦ ਅਲੀ ਵਰਸ਼ਾ ਸਾਹਿਬ ਜੀ, ਜਿਹਨੂੰ ਗੁਲਾਮ ਅਲੀ ਕਿਉਂਕਿ ਤੁਹਾਡੇ ਗਾਣੇ ਵਿੱਚ, ਖਾਨ ਸਾਹਿਬ ਦੇ ਗਾਣੇ ਵਿੱਚ ਹੈ, ਤੁਹਾਡੇ ਗਾਣੇ ਵਿੱਚ ਉਹ ਸਰਗਮ ਦਾ ਕਾਫੀ ਇਸਤੇਮਾਲ ਹੁੰਦਾ। ਕਿਉਂਕਿ ਇਹ ਜਿਸ ਤਰ੍ਹਾਂ ਸਰਗਮ ਮੇਰੇ ਵਾਲਿਦ ਸਾਹਿਬ ਕਰਦੇ ਸਨ, ਹਾਲੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਸਰਗਮ ਨਹੀਂ ਕਰਦਾ, ਉਹ ਕੋਈ ਵੀ ਹੋਵੇ। ਔਰ ਇਸ ਤਰ੍ਹਾਂ ਦੀ ਗਾਇਕੀ ਅੰਗ ਦੀ ਸਰਗਮ ਅਤੇ ਜਿਸ ਅੰਗ ਦੀ ਗਾਇਕੀ ਉਸੇ ਅੰਗ ਦੀ ਸਰਗਮ, ਇਹ ਮੇਰੇ ਬਾਪ ਦੀ ਦੇਣ ਹੈ ਹਿੰਦੁਸਤਾਨ 'ਚ। ਕਿਉਂਕਿ ਮੇਰੇ ਦਾਦਾ ਜੀ ਨੂੰ ਦੁਨੀਆਂ ਨੇ ਇੰਨਾ ਨਹੀਂ ਸੀ ਸੁਣਿਆ ਹੈਂਜੀ, ਲੇਕਿਨ ਇਹ ਮੇਰੇ ਬਾਪ ਦੀ ਦੇਣ ਹੈ। ਜ਼ਮਜ਼ਮੇ ਦੀ ਸਰਗਮ, ਰਾਗ ਦੇ ਅੰਗ ਦੀ ਸਰਗਮ, ਇਹ ਖਾਨ ਸਾਹਿਬ ਦੀ ਦੇਣ ਹੈ। ਔਰ ਪੰਜਾਬ ਦੇ ਵਿੱਚ ਉਸਤਾਦ ਅਲੀ ਵਰਸਾ ਸਾਹਿਬ ਤੋਂ ਪਹਿਲੇ ਕੋਈ ਸਰਗਮ ਨਹੀਂ ਸੀ ਜਾਂਦਾ। ਇਹ ਮਤਲਬ ਇਹ ਨਹੀਂ ਕਿ ਸਾਰੇ ਗਾਵਾਂ ਪਾਦਾ ਨਹੀਂ ਸਨ, ਤੋਂ ਵਾਕਫ ਨਹੀਂ ਸਨ, ਵਾਕਫ ਸਨ, ਲੇਕਿਨ ਇਹਨੂੰ ਇਸ ਤਰ੍ਹਾਂ ਕਿ ਇੱਕ ਗਾਇਕੀ ਦਾ ਹਿੱਸਾ ਬਣ ਸਕਦੀ ਹੈ ਚੀਜ਼, ਇਸ ਤਰ੍ਹਾਂ ਨਹੀਂ ਸੀ ਗੁਦਾ ਹੁੰਦਾ। ਅਗਰ ਸਰਗਮ ਨਾ ਜਾਣਦੇ ਹੁੰਦੇ ਤਾਂ ਰਾਤ ਕਿਸ ਤਰ੍ਹਾਂ ਜਾਣਦੇ? ਅਗਰ ਜਿਹੜੇ ਇਸਤੇਮਾਲ ਹੈ ਉਹ ਮੇਰੇ ਦਾਦਾ ਜੀ ਨੇ ਇਸ ਚੀਜ਼ ਨੂੰ ਕਰਾਂਗਾ। ਗੁਲਾਮ ਅਲੀ ਖਾਨ ਸਾਹਿਬ ਦੀ ਗਾਇਕੀ ਦਾ ਅੰਦਾਜ਼ਾ ਤਾਂ ਤਮਾਮ ਦੁਨੀਆ ਨੂੰ ਹੀ ਹੈ। ਮੈਂ ਇੱਕ ਛੋਟਾ ਜਿਹਾ ਇੱਕ ਪੰਜਾਬੀ ਦੀ ਬੰਦਿਸ਼ ਜੈਜਵੰਤੀ ਦੇ ਖਿਆਲ ਦੀ ਮੈਂ ਉਹ ਤੁਹਾਨੂੰ ਸੁਣਾਉਣਾ। ਬਿਲਕੁਲ, ਪੰਜਾਬੀ ਦੀ ਹੋਣੀ ਚਾਹੀਦੀ ਹੈ।
ਕੋਈ ਸੀ Oh,
ਮਗਰੇਗਾ ਬਾਬਾ ਨੀ ਪਾਣੀ ਨੀ ਤਾਰੇ।